ਇੱਕ ਏਸੀ ਬੱਸ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਸਾਰੀ ਹੀ ਬੱਸ ਸੜ ਕੇ ਸਵਾਹ ਹੋ ਗਈ ਹੈ। ਹਾਲਾਂਕਿ ਇੱਕ ਵੱਡਾ ਹਾਦਸਾ ਵਾਪਰਿਆ, ਦੱਸ ਦਈਏ ਕਿ ਏਸੀ ਬੱਸ ਜੋ ਹੈ ਉਹ ਸੜ ਕੇ ਸਵਾਹ ਹੋਈ ਹੈ, ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀ। ਤਾਂ ਦਰਅਸਲ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਜੋ ਹੈ ਉਹ ਜ਼ਰੂਰ ਵਾਪਰਿਆ। ਦੱਸ ਦਈਏ ਕਿ ਏਸੀ ਬੱਸ ਦੇ ਵਿੱਚ ਅਚਾਨਕ ਹੀ ਅੱਗ ਲੱਗੀ, ਸ਼ੋਰਟ ਸਰਕਟ ਦੇ ਕਾਰਨ ਕਿਹਾ ਜਾ ਰਿਹਾ ਕਿ ਬੱਸ ਦੇ ਵਿੱਚ ਅੱਗ ਲੱਗੀ ਹੈ। ਹਾਲਾਂਕਿ ਜਦੋਂ ਬੱਸ 'ਚ ਅੱਗ ਲੱਗੀ ਤਾਂ ਸਵਾਰੀਆਂ ਹੇਠਾਂ ਉਤਰੀਆਂ ਹੋਈਆਂ ਸੀ, ਚਾਹ ਪਾਣੀ ਪੀਣ ਦੇ ਲਈ ਇਹ ਬੱਸ ਢਾਬੇ ਦੇ ਨੇੜੇ ਖੜੀ ਸੀ, ਪਰ ਜਿਵੇਂ ਹੀ ਇਸ ਬੱਸ ਦੇ ਵਿੱਚੋਂ ਧੂੰਆਂ ਉੱਠਣ ਲੱਗਦਾ ਤਾਂ ਮੌਕੇ 'ਤੇ ਅਫੜਾ ਤਫੜੀ ਮੱਚ ਜਾਂਦੀ ਹੈ। ਡਰਾਈਵਰ ਅਤੇ ਕੰਡਕਟਰ ਕੁਝ ਸਮਝ ਪਾਉਂਦੇ, ਪਰ ਉਸ ਤੋਂ ਪਹਿਲਾਂ ਹੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੂ ਰਹੀਆਂ ਨੇ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਸਵਾਰੀਆਂ ਦਾ ਸਮਾਨ ਸੀ ਉਹ ਬੱਸ ਦੇ ਵਿੱਚ ਸੀ, ਜੋ ਕਿ ਸਾਰਾ ਹੀ ਸੜ ਕੇ ਸਵਾਹ ਹੋ ਗਿਆ। ਪਰ ਕਿਹਾ ਜਾ ਰਿਹਾ ਕਿ ਸਮਾਂ ਰਹਿੰਦੀ ਬੱਸ ਰੁਕੀ ਅਤੇ ਸਵਾਰੀਆਂ ਚਾਹ ਪਾਣੀ ਪੀਣ ਦੇ ਲਈ ਹੇਠਾਂ ਉਤਰ ਗਈਆਂ ਸੀ ਅਤੇ ਬੱਸ ਬਿਲਕੁਲ ਖਾਲੀ ਸੀ। ਅਚਾਨਕ ਹੀ ਸ਼ੋਰਟ ਸਰਕਟ ਹੁੰਦਾ ਅਤੇ ਧੂੰਆਂ ਨਿਕਲਣ ਲੱਗਦਾ, ਡਰਾਈਵਰ ਕੰਡਕਟਰ ਕੁਝ ਸਮਝ ਪਾਉਂਦੇ, ਅਚਾਨਕ ਹੀ ਬੱਸ 'ਚ ਅੱਗ ਲੱਗ ਜਾਂਦੀ ਹੈ। ਫਿਲਹਾਲ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਫਾਇਰ ਬ੍ਰਿਗੇਡ ਨੇ ਆ ਕੇ ਅੱਗ ਦੇ ਉੱਤੇ ਕਾਬੂ ਪਾਇਆ। ਤਾਂ ਮਹਾਰਾਸ਼ਟਰ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬੱਸ ਦੇ ਵਿੱਚ ਅੱਗ ਲੱਗ ਗਈ। ਗਨੀਮਤ ਰਹੀ ਕਿ ਕੋਈ ਸਵਾਰੀ ਇਸ ਬੱਸ ਦੇ ਵਿੱਚ ਮੌਜੂਦ ਨਹੀਂ ਸੀ। ਹਾਲਾਂਕਿ ਲੌਂਗ ਰੂਟ ਦੀ ਇਹ ਬੱਸ ਦੱਸੀ ਜਾ ਰਹੀ ਹੈ, ਏਸੀ ਲਗਜ਼ਰੀ ਬੱਸ ਹੈ ਜਿਸ ਦੇ ਵਿੱਚ ਇਹ ਅੱਗ ਲੱਗੀ ਹੈ। ਇੱਕ ਏਸੀ ਬੱਸ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਸਾਰੀ ਹੀ ਬੱਸ ਸੜ ਕੇ ਸਵਾਹ ਹੋ ਗਈ ਹੈ। ਹਾਲਾਂਕਿ ਇੱਕ ਵੱਡਾ ਹਾਦਸਾ ਵਾਪਰਿਆ, ਦੱਸ ਦਈਏ ਕਿ ਏਸੀ ਬੱਸ ਜੋ ਹੈ ਉਹ ਸੜ ਕੇ ਸਵਾਹ ਹੋਈ ਹੈ, ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀ। ਤਾਂ ਦਰਅਸਲ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਜੋ ਹੈ ਉਹ ਜ਼ਰੂਰ ਵਾਪਰਿਆ। ਦੱਸ ਦਈਏ ਕਿ ਏਸੀ ਬੱਸ ਦੇ ਵਿੱਚ ਅਚਾਨਕ ਹੀ ਅੱਗ ਲੱਗੀ, ਸ਼ੋਰਟ ਸਰਕਟ ਦੇ ਕਾਰਨ ਕਿਹਾ ਜਾ ਰਿਹਾ ਕਿ ਬੱਸ ਦੇ ਵਿੱਚ ਅੱਗ ਲੱਗੀ ਹੈ। ਹਾਲਾਂਕਿ ਜਦੋਂ ਬੱਸ 'ਚ ਅੱਗ ਲੱਗੀ ਤਾਂ ਸਵਾਰੀਆਂ ਹੇਠਾਂ ਉਤਰੀਆਂ ਹੋਈਆਂ ਸੀ, ਚਾਹ ਪਾਣੀ ਪੀਣ ਦੇ ਲਈ ਇਹ ਬੱਸ ਢਾਬੇ ਦੇ ਨੇੜੇ ਖੜੀ ਸੀ, ਪਰ ਜਿਵੇਂ ਹੀ ਇਸ ਬੱਸ ਦੇ ਵਿੱਚੋਂ ਧੂੰਆਂ ਉੱਠਣ ਲੱਗਦਾ ਤਾਂ ਮੌਕੇ 'ਤੇ ਅਫੜਾ ਤਫੜੀ ਮੱਚ ਜਾਂਦੀ ਹੈ। ਡਰਾਈਵਰ ਅਤੇ ਕੰਡਕਟਰ ਕੁਝ ਸਮਝ ਪਾਉਂਦੇ, ਪਰ ਉਸ ਤੋਂ ਪਹਿਲਾਂ ਹੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੂ ਰਹੀਆਂ ਨੇ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਸਵਾਰੀਆਂ ਦਾ ਸਮਾਨ ਸੀ ਉਹ ਬੱਸ ਦੇ ਵਿੱਚ ਸੀ, ਜੋ ਕਿ ਸਾਰਾ ਹੀ ਸੜ ਕੇ ਸਵਾਹ ਹੋ ਗਿਆ। ਪਰ ਕਿਹਾ ਜਾ ਰਿਹਾ ਕਿ ਸਮਾਂ ਰਹਿੰਦੀ ਬੱਸ ਰੁਕੀ ਅਤੇ ਸਵਾਰੀਆਂ ਚਾਹ ਪਾਣੀ ਪੀਣ ਦੇ ਲਈ ਹੇਠਾਂ ਉਤਰ ਗਈਆਂ ਸੀ ਅਤੇ ਬੱਸ ਬਿਲਕੁਲ ਖਾਲੀ ਸੀ। ਅਚਾਨਕ ਹੀ ਸ਼ੋਰਟ ਸਰਕਟ ਹੁੰਦਾ ਅਤੇ ਧੂੰਆਂ ਨਿਕਲਣ ਲੱਗਦਾ, ਡਰਾਈਵਰ ਕੰਡਕਟਰ ਕੁਝ ਸਮਝ ਪਾਉਂਦੇ, ਅਚਾਨਕ ਹੀ ਬੱਸ 'ਚ ਅੱਗ ਲੱਗ ਜਾਂਦੀ ਹੈ। ਫਿਲਹਾਲ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਫਾਇਰ ਬ੍ਰਿਗੇਡ ਨੇ ਆ ਕੇ ਅੱਗ ਦੇ ਉੱਤੇ ਕਾਬੂ ਪਾਇਆ। ਤਾਂ ਮਹਾਰਾਸ਼ਟਰ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬੱਸ ਦੇ ਵਿੱਚ ਅੱਗ ਲੱਗ ਗਈ। ਗਨੀਮਤ ਰਹੀ ਕਿ ਕੋਈ ਸਵਾਰੀ ਇਸ ਬੱਸ ਦੇ ਵਿੱਚ ਮੌਜੂਦ ਨਹੀਂ ਸੀ। ਹਾਲਾਂਕਿ ਲੌਂਗ ਰੂਟ ਦੀ ਇਹ ਬੱਸ ਦੱਸੀ ਜਾ ਰਹੀ ਹੈ, ਏਸੀ ਲਗਜ਼ਰੀ ਬੱਸ ਹੈ ਜਿਸ ਦੇ ਵਿੱਚ ਇਹ ਅੱਗ ਲੱਗੀ ਹੈ।